ਇੱਕ ਹੌਜ਼ਰੀ ਫੈਕਟਰੀ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਸ਼ਾਰਟ ਸਰਕਟ ਦੇ ਕਾਰਨ ਇਸ ਹੌਜ਼ਰੀ ਦੀ ਫੈਕਟਰੀ 'ਚ ਅੱਗ ਲੱਗੀ ਹੈ। ਹਾਲਾਂਕਿ ਮੌਕੇ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਇਸ ਦੌਰਾਨ ਅੱਗ ਲੱਗਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 5 ਮੰਜ਼ਿਲਾ ਇਮਾਰਤ ਦੇ ਵਿੱਚ ਇਹ ਅੱਗ ਲੱਗੀ ਹੋਈ ਹੈ। ਕਿਹਾ ਜਾ ਰਿਹਾ ਕਿ ਹੌਜ਼ਰੀ ਦੀ ਫੈਕਟਰੀ ਹੈ ਇਹ, ਜਿੱਥੇ ਕਿ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਆ। ਹਾਲਾਂਕਿ ਕਈ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚੀਆਂ ਨੇ, ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਫਿਲਹਾਲ ਅੱਗ ਜੋ ਹੈ ਲਗਾਤਾਰ ਵੱਧਦੀ ਨਜ਼ਰ ਆ ਰਹੀ ਹੈ। ਹਾਲਾਂਕਿ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਹੋਵੇਗਾ। ਤਾਂ ਦੱਸ ਦਈਏ ਕਿ ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਹੌਜ਼ਰੀ ਦੀ ਫੈਕਟਰੀ 'ਚ ਅੱਗ ਲੱਗੀ ਹੈ। ਫਾਇਰ ਬ੍ਰਿਗੇਡ ਦੇ ਵੱਲੋਂ ਕੜੀ ਮੁਸ਼ਕਤ ਜੋ ਹੈ ਕੀਤੀ ਜਾ ਰਹੀ ਹੈ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ। ਤਾਂ ਦੱਸ ਦਈਏ ਕਿ ਇੱਕ ਲੁਧਿਆਣਾ ਦੀ ਹੌਜ਼ਰੀ ਫੈਕਟਰੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ। ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ। ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਆ, ਬਹੁਤ ਛੇਤੀ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ। ਇਹ ਜੀ ਜਿੰਨਾ ਕੁ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ, ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ। ਇਹ ਇਸ ਬਾਰੇ ਅਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ। ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ, ਅੱਗ 'ਤੇ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ। ਹਜੇ ਵੀ ਬੁਝਾਉਂਦੇ ਜਤਨ? ਹਾਂਜੀ, ਉਤਲੇ ਫਲੋਰ 'ਤੇ ਰਹਿ ਗਈ ਆ, ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ। ਇਹ ਹਜੂਰੀ ਰੋਡ 'ਤੇ ਨੰਦ ਲਾਲ ਗਰਗਨ ਫਰਮ ਹੈ। ਜਦੋਂ ਉਹਨੇ ਫੈਕਟਰੀ ਨੂੰ ਖੋਲ੍ਹੀ ਇੱਥੇ ਦੀ ਲੇਬਰ ਨੇ ਆਉਂਦੇ ਸਾਰ 4-5 ਬੰਦੇ ਲੇਬਰ ਦੇ ਆਏ ਆ। ਉਹਨਾਂ ਨੇ ਸੁੱਚ ਲਾਇਆ ਬਿਜਲੀ ਦਾ, ਉਹਦੇ ਨਾਲ ਜਦ ਤੱਕ ਸ਼ਾਰਟ ਸਟਕ ਹੋ ਗਿਆ ਉਹ ਉੱਪਰ ਚਲੇ ਗਏ ਆ, ਥੱਲੇ ਆ ਕੇ ਲੱਗ ਗਈ। ਬੰਦੇ 4 ਸੀਗੇ ਜਦੋਂ ਵਾਪਸ ਆ ਗਏ, ਬੰਦਿਆਂ ਨੂੰ ਪਤਾ ਲੱਗ ਗਿਆ ਫਟਾਫਟ ਬਾਹਰ। ਹੌਜ਼ਰੀ ਫੈਕਟਰੀ ਹੈ, ਹੌਜ਼ਰੀ ਦਾ ਕੰਮ ਹੈ, ਸਾਰਾ ਏਰੀਆ ਹੌਜ਼ਰੀ ਦਾ। ਜਿਹੜੇ ਮਾਲ ਤਾਂ ਮਤਲਬ ਕਾਫੀ ਹੁੰਦਾ ਜੀ ਇਹਨਾਂ ਦਾ, ਸੀਜ਼ਨ ਤੋਂ ਬਾਅਦ ਇਹ ਮੰਜੇ 5-4 ਮਹੀਨੇ ਹੁੰਦੇ। ਇੱਕ ਹੌਜ਼ਰੀ ਫੈਕਟਰੀ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਸ਼ਾਰਟ ਸਰਕਟ ਦੇ ਕਾਰਨ ਇਸ ਹੌਜ਼ਰੀ ਦੀ ਫੈਕਟਰੀ 'ਚ ਅੱਗ ਲੱਗੀ ਹੈ। ਹਾਲਾਂਕਿ ਮੌਕੇ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਇਸ ਦੌਰਾਨ ਅੱਗ ਲੱਗਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 5 ਮੰਜ਼ਿਲਾ ਇਮਾਰਤ ਦੇ ਵਿੱਚ ਇਹ ਅੱਗ ਲੱਗੀ ਹੋਈ ਹੈ। ਕਿਹਾ ਜਾ ਰਿਹਾ ਕਿ ਹੌਜ਼ਰੀ ਦੀ ਫੈਕਟਰੀ ਹੈ ਇਹ, ਜਿੱਥੇ ਕਿ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਆ। ਹਾਲਾਂਕਿ ਕਈ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚੀਆਂ ਨੇ, ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਫਿਲਹਾਲ ਅੱਗ ਜੋ ਹੈ ਲਗਾਤਾਰ ਵੱਧਦੀ ਨਜ਼ਰ ਆ ਰਹੀ ਹੈ। ਹਾਲਾਂਕਿ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਹੋਵੇਗਾ। ਤਾਂ ਦੱਸ ਦਈਏ ਕਿ ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਹੌਜ਼ਰੀ ਦੀ ਫੈਕਟਰੀ 'ਚ ਅੱਗ ਲੱਗੀ ਹੈ। ਫਾਇਰ ਬ੍ਰਿਗੇਡ ਦੇ ਵੱਲੋਂ ਕੜੀ ਮੁਸ਼ਕਤ ਜੋ ਹੈ ਕੀਤੀ ਜਾ ਰਹੀ ਹੈ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ। ਤਾਂ ਦੱਸ ਦਈਏ ਕਿ ਇੱਕ ਲੁਧਿਆਣਾ ਦੀ ਹੌਜ਼ਰੀ ਫੈਕਟਰੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ।
ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ। ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ। ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਆ। ਬਹੁਤ ਛੇਤੀ ਅੱਗ 'ਤੇ ਕਾਬੂ ਪਾ ਲਿਆ ਜਾਵੇ। ਇਹ ਜੀ ਜਿੰਨਾ ਕੁ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ, ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ। ਇਹ ਇਸ ਬਾਰੇ ਅਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ। ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ। ਅੱਗ 'ਤੇ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ। ਹਜੇ ਵੀ ਬੁਝਾਉਂਦੇ ਜਤਨ ਹੈ? ਹਾਂਜੀ, ਉਤਲੇ ਫਲੋਰ 'ਤੇ ਰਹਿ ਗਈ ਆ, ਬਾਕੀ ਸਾਰਾ ਥੱਲਿਓ ਕਾਬੂ ਪਾ ਲਿਆ ਗਿਆ। ਇਹ ਹਜੂਰੀ ਰੋਡ 'ਤੇ ਨੰਦ ਲਾਲ ਗਰਗਨ ਫਰਮ ਹੈ। ਜਦੋਂ ਉਹਨੇ ਫੈਕਟਰੀ ਖੋਲ੍ਹੀ ਇੱਥੇ ਲੇਬਰ ਨੇ, ਲੇਬਰ ਨੇ ਆਉਂਦੇ ਸਾਰ 4-5 ਬੰਦੇ ਲੇਬਰ ਦੇ ਆਏ ਆ। ਉਹਨਾਂ ਨੇ ਸੁੱਚ ਲਾਇਆ ਬਿਜਲੀ ਦਾ, ਉਹਦੇ ਨਾਲ ਜਦ ਤੱਕ ਸ਼ਾਰਟ ਸ਼ਾਰਟ ਹੋ ਗਿਆ, ਉਹ ਉੱਪਰ ਚਲੇ ਗਏ ਆ, ਥੱਲੇ ਆ ਕੇ ਲੱਗ ਗਈ। ਬੰਦੇ 4 ਸੀਗੇ ਜਦੋਂ ਵਾਪਸ ਆ ਗਏ, ਬੰਦਿਆਂ ਨੂੰ ਪਤਾ ਲੱਗ ਗਿਆ ਫਟਾਫਟ ਬਾਹਰ। ਹੋਜਰੀ ਫੈਕਟਰੀ ਹੈ, ਹੋਜਰੀ ਦਾ ਕੰਮ ਹੈ, ਸਾਰਾ ਏਰੀਆ ਹੋਜਰੀ ਦਾ। ਜਿਹਦੇ ਮਾਲ ਤਾਂ ਮਤਲਬ ਕਾਫੀ ਹੁੰਦਾ ਹੀ ਇਹਨਾਂ ਦਾ, ਸੀਜ਼ਨ ਤੋਂ ਬਾਅਦ ਮੰਜ਼ਿਲਾ ਮਾਲ ਇਹ ਮੰਜ਼ਿਲ 5-4 ਮਹੀਨੇ ਮੰਜ਼ਿਲ। ਲੱਖਾਂ ਦਾ ਹੁੰਦੇ ਹੀ ਅੱਜ ਕੱਲ੍ਹ, ਇੱਕ ਪੀਸ 300-400-500 ਰੁਪਏ ਬੰਦੇ ਦਾ ਬਚਾਅ।